ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਨਵੇਂ ਵਲੌਗ ਦੇ ਵਿੱਚ। ਅੱਜ ਅਸੀਂ ਕਿੱਥੇ ਚੱਲੇ ਹਾਂ ਫਿਰ ਤੋਂ? ਇੰਡੀਆ। ਅੱਜ ਅਸੀਂ ਫਿਰ ਚੱਲੇ ਹਾਂ ਇੰਡੀਆ। ਕੀ ਮਨਾਉਣ? ਹੈਪੀ ਦੀਵਾਲੀ। ਹੈਪੀ ਦੀਵਾਲੀ ਮਨਾਉਣ ਚੱਲੇ ਹਾਂ ਅਤੇ ਨਾਲੇ ਮਨਾਵਾਂਗੇ ਗੁਰਪੁਰਬ। ਸੋ ਪਰਿਵਾਰ ਨੂੰ ਮਿਲਦੇ ਹਾਂ ਜਾ ਕੇ। ਪਹੁੰਚ ਗਏ ਹੁਣ ਅਸੀਂ ਐਡੀਲੇਡ ਏਅਰਪੋਰਟ 'ਤੇ। ਉਹ ਖੜ੍ਹਾ ਹੈ ਸਾਡਾ ਜਹਾਜ਼ ਪਿੱਛੇ, ਸਿੰਗਾਪੁਰ ਏਅਰਲਾਈਨਸ। ਇੱਧਰ ਮਲੇਸ਼ੀਆ ਏਅਰਲਾਈਨ ਖੜ੍ਹਾ। ਦੋਵੇਂ ਲਗਭਗ ਇਕੱਠੇ ਹੀ ਚੱਲਣੇ ਨੇ, ਘੰਟੇ ਕੁ ਦੇ ਡਿਫਰੈਂਸ 'ਤੇ। ਸੋ ਬੋਰਡਿੰਗ ਸ਼ੁਰੂ ਹੋਣ ਵਾਲੀ ਆ, ਵੇਟ ਕਰਦੇ ਹਾਂ ਬੋਰਡਿੰਗ ਦੀ। ਹਾਂਜੀ, ਉਹ ਵਾਲੇ 'ਚ ਥੋੜ੍ਹੀ ਜਾ ਸਕਦੇ ਹਾਂ, ਉਹ ਵਾਲਾ ਹੋਰ ਪਾਸੇ ਨੂੰ ਜਾਣਾ ਆ। ਉਹ ਇੰਡੀਆ ਨਹੀਂ ਜਾਣਾ, ਇੰਡੀਆ ਜਾਣਾ ਕਿ ਹੋਰ ਪਾਸੇ? ਉਹ ਇੰਡੀਆ ਜਾਣਾ। ਇਹ ਵੀ ਇੰਡੀਆ। ਚੱਲ ਇਹ 'ਤੇ ਚੱਲਾਂਗੇ ਕੋਈ ਨਾ ਅਗਲੀ ਵਾਰੀ। ਸੋ ਦੀਵਾਲੀ ਮਨਾਉਣ ਚੱਲੇ ਹਾਂ, ਤੁਹਾਡੇ ਨਾਲ ਕਰਾਂਗੇ ਸਾਰਾ ਕੁਛ ਸਾਂਝਾ, ਜਿਵੇਂ ਜਿਵੇਂ ਸਾਡਾ ਸਫ਼ਰ ਲੰਘਦਾ ਆ ਅਤੇ ਕਿਵੇਂ ਦੀਵਾਲੀ ਮਨਾਉਂਦੇ ਹਾਂ। ਦੇਖਦੇ ਰਹੋ ਵਲੌਗ, ਆ ਜਾਓ ਫਿਰ ਅੱਗੇ ਮਿਲਦੇ ਹਾਂ, ਕੰਟੀਨਿਊ ਕਰਦੇ ਹਾਂ। ਚਾਚੀ ਪੈਕ ਕਰ ਲਈ, ਫਿਰ ਆਪਾਂ ਇੰਡੀਆ ਜਾਵਾਂਗੇ। ਓਕੇ। ਕਰਦੇ ਹਾਂ ਭਾਈ, ਕੀ ਕਰਦੇ ਹਾਂ? ਹੈਂ, ਫਿਕਸ ਕਰਦੇ ਹਾਂ ਜਹਾਜ਼ ਨੂੰ। ਹੈਂ, ਜਹਾਜ਼ ਨੂੰ ਫਿਕਸ ਕਰਦੇ ਹਾਂ, ਜਹਾਜ਼ ਨੂੰ ਫਿਕਸ ਕਰਦੇ ਹਾਂ। ਸੋ ਦੋਵੇਂ ਜਹਾਜ਼ ਅੱਧੇ ਕੁ ਘੰਟੇ ਦੇ ਡਿਫਰੈਂਸ 'ਤੇ ਚੱਲਦੇ ਨੇ। ਸਿੰਗਾਪੁਰ ਵਾਲਾ ਚੱਲਣਾ ਹੈ 10:15 ਅਤੇ ਮਲੇਸ਼ੀਆ ਵਾਲਾ ਚੱਲਣਾ ਹੈ 11:00। ਲੱਗੇ ਹੋਏ ਨੇ ਸਮਾਨ ਵਗੈਰਾ ਲੋਡ ਕਰਨ ਜਹਾਜ਼ਾਂ 'ਚ। ਆਉਣ ਦੀ ਬੋਰੀ ਹੋਈ ਪਈ ਆ। ਕੀ ਕਹਿੰਦੀ ਸੀ? ਦੋ ਦਿਨ ਹੋ ਗਏ ਸਾਨੂੰ ਇੰਨੇ ਕੰਮ ਕਰਦਿਆਂ ਨੂੰ, ਥੱਕ ਗਿਆ ਸੀ। ਸਮਾਨ ਪੈਕ ਕਰਦੇ, ਘਰ ਦੀਆਂ ਸਫਾਈਆਂ ਕਰਦੇ, ਸੈਟਅਪ ਕਰਦੇ, ਪੈਕਅਪ ਕਰਦੇ। ਸੋ 4-4 ਘੰਟੇ ਦੀ ਨੀਂਦ ਲੈਂਦੇ ਸੀ। ਅੱਜ ਫਾਈਨਲੀ ਜਾ ਕੇ ਹੁਣ ਸੁਖਦਾ ਸਾਹ ਹੋਊਗਾ ਜਹਾਜ਼ 'ਚ ਬਹਿ ਕੇ, ਅਤੇ ਹੁਣ ਪਤਾ ਆ ਵੀ ਛੁੱਟੀਆਂ ਇਹ ਕੰਮ ਨਹੀਂ ਕਰਨੇ ਹੈਗੇ। ਇੰਡੀਆ ਜਾ ਕੇ ਦੇਖਦੇ ਹਾਂ ਕੀ ਕੁਛ ਕਰਨਾ ਹੈ। ਹੁਣ ਥੋੜ੍ਹਾ ਇੰਜੋਇਮੈਂਟ, ਥੋੜ੍ਹਾ ਘੁੰਮਣਾ ਫਿਰਨਾ। ਲੋਕ ਕਹਿੰਦੇ ਆਣੀਆਂ ਆਣੀਆਂ, ਸਿਫਤ ਆਣੀਆਂ, ਇੰਡੀਆ ਆਣੀਆਂ। ਲੋਕ ਕਹਿੰਦੇ ਸਿਫਤ ਇੰਡੀਆ ਆਣੀਆਂ ਜਾਣੀਆਂ। ਅੱਛਾ, ਕਿਹਨੂੰ ਮਿਲਣ ਚੱਲੀ ਇੰਡੀਆ? ਦਾਦੂ ਦਾਦੀ ਨੂੰ ਮਿਲਣਾ? ਹੁਨਰ ਨੂੰ, ਦਾਦੂ ਦਾਦੀ ਨੂੰ ਮਿਲਣਾ? ਮਿਲਣਾ ਅਤੇ ਨਾਨੂ ਨਾਨੀ ਨੂੰ, ਹੋਰ ਹਾਕਮ ਨੂੰ, ਫਤਿਹ, ਰਹਿਮਤ, ਉਹ ਤ੍ਰਿਪਤ, ਮਹਿਰਮ, ਤਾਇਆ ਜੀ, ਤਾਈ ਜੀ, ਸਾਰਿਆਂ ਨੂੰ ਮਿਲੇਗੀ। ਅਤੇ ਦਾਦੀ ਦੀ ਛੋਟੀ ਛੋਟੀ, ਉਹਨੇ ਨੂੰ ਵੀ ਪੱਪੀਸ ਨੂੰ ਵੀ ਮਿਲੇਗੀ। ਨਹੀਂ, ਉਹ ਜਿਹੜੇ ਮਿਆਉਂ ਰੱਖੇ ਹੋਏ ਦਾਦੀ ਨੇ, ਛੋਟੀਆਂ ਛੋਟੀਆਂ ਬਿੱਲੀਆਂ ਰੱਖੀਆਂ ਜਿਹੜੀਆਂ ਦਾਦੀ ਨੇ, ਉਹਨਾਂ ਨੂੰ ਮਿਲੇਗੀ। ਬਿੱਲੀਆਂ ਜੋ ਮੇਰੀ ਮਿੱਟੀ ਆ, ਕਹਿੰਦੇ ਕਿ ਮਿਲਦੇ ਹਾਂ ਅੱਗੇ। ਭੱਜਿਆ 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 ਆ ਗਈ। ਆਜੋ, ਬਹੁਤ ਜ਼ਿਆਦਾ ਟ੍ਰੋਲ ਹੈ। Before we take off, stow your luggage under the seat in front of you or in the overhead compartments. ਸਤਿ ਸ਼੍ਰੀ ਅਕਾਲ ਜੀ, ਚੱਲੀਏ ਫਿਰ। ਧੰਨਵਾਦ ਕਰੋ, ਤੁਹਾਨੂੰ ਲੈ ਕੇ ਚੱਲਿਆ ਘੁਮਾਉਣ ਇੰਡੀਆ।
ਸਾਹਿਬ ਕੀ ਹੈ ਇਹ ਸਵਾਦ ਹੈ ਸਵਾਦ ਹੈ ਸਿੱਧੂ ਕੀ ਖਾਈ ਜਾਂਦੀ ਹੈ ਹੈ ਇਹਦੇ ਨਾਲ ਖਾ ਲਾ ਫਿਰ चल हिम्मत हिम्मत सीधा होके बह जा किथे जाने ट्रेन च बह गए ट्रेन ट्रेन च पहुंच जाएंगे सामने टर्मिनल टू तो घूम के आ गए स्काई ट्रेन से इत्थे टर्मिनल थ्री से हुण देखदे आं अपनी अगली फ्लाइट एयरपोर्ट ते बने हुए एक आह मोर हां तेरी दी सारे इत्थे फोटो खिचा खिचा जांदे ने आ जा हिम्मत चली अगे पुत सो इधर जिन्हें इतने एग्जिट करना सिंगापुरी जाना वो सामने इमीग्रेशन आप जाना ए टू गेट वो सामने सज्जे हाथ तेरी दी तेरी दी हाँ कल लत्त सीधिया फिर बैठना पांच घंटे एक्साइटेड है सत श्रीकाल जी हम असं चले हाँ सिंगापुर तो दिल्ली दूजी फ्लाइट च बह गए पांच घंटे रह गए जन्मभूमि पहुंचने में फ्लाइट भावे सिंगापुर एयरलाइंस की बहुत वधिया हुंदी है पर कई बार इदां भी हो जाता है उपरों एसी दे वेंट चो पानी चो रहा है तो बीबी बेचारी सराहाने नाल उहनूं दूर कर रही है पर थोड़ी देर बाद आप ही ठीक हो गया सी चंगी गल है साइन जे तो सारियां याद ही हो गए हुण जिहड़े जिहड़े भी एयरपोर्ट आउंदे आ इहनां नूं देख के एक बार तो सारी थकान जी लै जांदी है सो हुण असीं बाहर निकल गए एयरपोर्ट तो लगेज वगैरह अपने कलैक्ट करके तो हिम्मत भज के चढ़ गया अपने ताए की गोदी सो वीरे नूं मिल के फिर असीं सारे अपने अपने टैची जे खरीद के गड्डी च समान रखिया तो पा ली फिर घर दे राह ते ते दिल्ली च बहुत सोहना माहौल सी सो निकल गए जी दिल्ली तो बाहर बहुत वधिया स्वागत हो रहा है चारे पासे पटाके चली जाते हैं तो इधर थानू दिखाना है हुण ओ देखो सामने लोग किवें लगे हुए पटाके चलाउण चल पे चल पे चल पिया कितनी सोहनी सजाई हुई है और जहाज खड़ा हवाई अड्डा है लाइटां कितनी लाइया फिर असी रोटी खाने ले रुके हवेली पानी पानी किथे पानी दो हैप्पी होगी तू
कुड़ी एयरपोर्ट तो उतरी सिद्धी गोलगप्पिया दे के डी सिफत की है हैप्पी दिवाली चलो आज कार बह जा केड़ी च बैठेगी उधर वाली ची उधर वाली ची बह जा वन मिनट बह जा जैगुआर है जैगुआर मन्नत हवेली वाले ने भी पूरा वधिया सजाया हुआ दिवाली हैप्पी न्यू ईयर आ रहा है।